ਇਸ ਵਕਤ ਦੀ ਵੱਡੀ ਖਬਰ, ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੇ ਉਸ ਦੇ ਸਾਥੀ ਲਵਪ੍ਰੀਤ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਪੁਲਿਸ ਨੇ 11 ਜੁਲਾਈ ਨੂੰ ਦੋਵਾਂ ਮੁਲਜ਼ਮਾਂ ਨੂੰ ਕਥਿਤ ਤੌਰ ਤੇ ਆਈਸ ਡਰੱਗਸ ਦੇ ਨਾਲ ਗ੍ਰਿਫਤਾਰ ਕੀਤਾ ਸੀ। ਸਾਹਮਣੇ ਇਹ ਆਇਆ ਸੀ ਕਿ ਦੋਵੇਂ ਮੁਲਜ਼ਮ ਲੁਧਿਆਣਾ ਤੋਂ 10,000 ਰੁਪਏ ਦੀ ਡਰੱਗਸ ਲੈ ਕੇ ਆਏ ਸਨ। ਦਰਜ ਹੋਈ FIR ਮੁਤਾਬਕ ਹਰਪ੍ਰੀਤ ਯਾਨੀ ਕਿ ਅੰਮ੍ਰਿਤਪਾਲ ਦੇ ਭਰਾ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਕੁੜਤੇ ਦੀ ਸੱਜੀ ਜੇਬ ਚੋਂ ਇੱਕ ਅੱਧ ਸੜਿਆ ਨੋਟ 20 ਰੁਪਏ ਦਾ, ਜੋ ਕਿ ਪਾਈਪ ਬਣਾਇਆ ਹੋਇਆ ਸੀ, ਤੇ ਇਸ ਦੇ ਨਾਲ ਇੱਕ ਲਾਈਟਰ ਬਰਾਮਦ ਹੋਇਆ। ਪਜਾਮੇ ਦੀ ਜੇਬ ਚੈੱਕ ਕਰਨ ਤੇ ਇੱਕ ਪਾਰਦਰਸ਼ੀ ਮੋਮੀ ਲਿਫਾਫੇ ਚੋਂ ਨਸ਼ੀਲਾ ਪਦਾਰਥ ਡਲੀਦਾਰ ਪਾਊਡਰ ਬਰਾਮਦ ਹੋਇਆ, ਜਿਸ ਨੂੰ ਡਿਜੀਟਲ ਕੰਡੇ ਤੇ ਰੱਖਿਆ ਤਾਂ ਵਜ਼ਨ 4 ਗ੍ਰਾਮ ਸੀ। ਇਸ ਦੇ ਨਾਲ ਜਿਸ ਕਰੇਟਾ ਗੱਡੀ ਚ ਦੋਵੇਂ ਬੈਠੇ ਸਨ ਉਸ ਚੋਂ ਸਿਲਵਰ ਪੇਪਰ ਵੀ ਬਰਾਮਦ ਹੋਇਆ। ਹੋਰ ਤਾਂ ਹੋਰ, ਦੋਵਾਂ ਦਾ ਡੋਪ ਟੈਸਟ ਵੀ ਪੋਜ਼ਿਟਿਵ ਆਇਆ ਸੀ। ਹਾਲਾਂਕਿ ਮੁਲਜ਼ਮਾਂ ਦੇ ਵਕੀਲ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ। ਪਹਿਲਾ ਗੱਲ ਤਾਂ ਮੌਕੇ ਤੋਂ ਇਹਨਾਂ ਨੂੰ ਚੱਕਿਆ ਨਹੀਂ ਜਿੱਥੇ ਦੀ ਅਕਰੰਸ ਬਣਾਈ ਇਹਨਾਂ ਨੇ, ਫਲੋਰ ਦੀ ਅਕਰੰਸ ਬਣਾਈ, ਫਲੋਰੋਂ ਚੱਕਿਆ ਹੀ ਨਹੀਂ। ਜੋ ਮੇਰੀ ਇਹਨਾਂ ਨੇ ਫੈਮਿਲੀ ਨਾਲ ਗੱਲਬਾਤ ਹੋਈ ਆ, ਜੋ ਦੋਨਾਂ ਮੁਲਜ਼ਮਾਂ ਨਾਲ ਗੱਲਬਾਤ ਹੋਈ ਆ, ਉਹਦੇ ਅਕੋਰਡਿੰਗਲੀ ਇਹਨਾਂ ਨੂੰ ਚੱਕਿਆ ਹੀ ਉਧਰਲੀ ਸਾਈਡ ਤੋਂ ਆ। ਇਹਨਾਂ ਨੂੰ ਫੋਲੋ ਕਰਦੀ ਆ ਰਹੀ ਸੀ ਗੱਡੀ ਕੋਈ, ਜੋ ਇਹਨਾਂ ਨੇ ਮੈਨੂੰ ਦੱਸਿਆ ਫੋਲੋ ਕਰਦੀ ਗੱਡੀ ਆ ਰਹੀ ਸੀ, ਤੇ ਇਹਨਾਂ ਨੇ ਇਹਨਾਂ ਨੂੰ ਆਪਣਾ ਇਸ ਕੇਸ 'ਚ ਇੰਡਲਜ ਕਰਨ ਨਹੀਂ ਸਿਰਫ ਟੋਲ ਪਲਾਜ਼ਾ ਤੋਂ ਪਰਲੀ ਸਾਈਡ ਤੋਂ ਗ੍ਰਿਫਤਾਰ ਨਹੀਂ ਜੀ, ਨਹੀਂ ਲਾਡੋਵਾਲ ਟੋਲ ਪਲਾਜ਼ਾ ਕੱਟ ਕੇ ਅੱਗੇ ਫਲੋਰ ਤੇ ਕਿਰਾਇਆਂ ਦੇ ਵਿੱਚ, ਜਿੱਥੇ ਕਹਿ ਰਹੇ ਜੀ ਕਿ ਪੱਧਰੇ ਸੜਕ ਤੇ ਇਹ ਨਸ਼ਾ ਕਰ ਰਹੇ ਸੀ। ਨਸ਼ਾ ਕਰਨਾ ਜਿਹਨੇ ਪੱਧਰੇ ਸੜਕ ਤੇ ਥੋੜੀ ਕਰੂਗਾ, ਇੱਕ ਸਮਝਣ ਵਾਲੀ ਗੱਲ ਆ। ਐਜ ਪਰ ਜਿਹੜੀ ਪੋਜ਼ਿਟਿਵ ਦੇਖੋ ਰਿਪੋਰਟਸ ਪੋਜ਼ਿਟਿਵ, ਉਹਦਾ ਵੀ ਮੈਂ ਜਵਾਬ ਦਿੰਦਾ। ਉਹਦੇ 'ਚ ਇਹ ਆ, ਜਿਹੜਾ ਹਰਪ੍ਰੀਤ ਸਿੰਘ ਆ, ਇਹ ਜਿਮ ਦਾ ਟਿਕਟਾ ਜਿਮ ਜਾਂਦਾ, ਉਹਦੇ 'ਚ ਥੋੜ੍ਹੇ ਬਹੁਤੇ ਸਟੀਰੋਇਡਸ ਲੈਂਦਾ, ਤੇ ਸਟੀਰੋਇਡ ਜਦੋਂ ਬੰਦਾ ਲੈਂਦਾ ਉਹਦੇ 'ਚ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਆਉਣਾ ਹੀ ਆਉਣਾ। ਅੰਮ੍ਰਿਤਪਾਲ ਦਾ ਪਰਿਵਾਰ ਤੇ ਉਸ ਦੇ ਸਮਰਥਕ ਲਗਾਤਾਰ ਇਸ ਮਾਮਲੇ ਨੂੰ ਸਾਜ਼ਿਸ਼ ਦੱਸ ਰਹੇ ਸਨ। ਇਸ ਕੇਸ ਨੇ ਵੱਡੀ ਹਲਚਲ ਜ਼ਰੂਰ ਪੈਦਾ ਕੀਤੀ, ਤੇ ਹੁਣ ਵੱਡੀ ਖਬਰ ਇਹ ਕਿ ਅੰਮ੍ਰਿਤਪਾਲ ਦੇ ਭਰਾ ਤੇ ਉਸ ਦੇ ਸਾਥੀ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜਲੰਧਰ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਗੌਰਵ ਨੇ।